ਸ਼ਤਿਸ਼੍ਰੀ ਰਾਮ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਬਾਅਦ ਅਟੈਂਡੈਂਟ ਦੇ ਜਿਹੜੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਬੁਲਾਏ ਗਏ ਨੇ ਸਟੂਡੈਂਟ ਜੀ ਉਹਨਾਂ ਦੀ ਲਿਸਟ ਆ ਚੁੱਕੀ ਆ ਨੇ ਜੀ ਹੁਣ ਕਿਹੜੇ ਕਿਹੜੇ ਡਾਕੂਮੈਂਟ ਨਾਲ ਲੈ ਕੇ ਜਾਣੇ ਨੇ ਜੀ ਤੇ ਇੱਕ ਫੀਸ ਹੈ ਜੀ 500 ਰੁਪਏ 250 ਰੁਪਏ ਤੁਹਾਨੂੰ ਦੱਸਾਂਗਾ ਕਿੰਨਾ ਕਿੰਨਾ ਦੀ ਕਿੰਨੀ ਫੀਸ ਹੈ ਜੀ ਤੇ ਕਿੱਥੇ ਜਾਣਾ ਤੇ ਠੀਕ ਹੈ ਜੀ ਕਿੰਨਾ ਕਿੰਨਾ ਸਟੂਡੈਂਟ ਨੇ ਜਾਣਾ ਜੀ ਲਿਸਟ ਸਾਰੀ ਆ ਚੁੱਕੀ ਆ ਤੁਹਾਨੂੰ ਦਿਖਾ ਦਿੰਨੇ ਪਹਿਲਾਂ ਇਸ ਤੋਂ ਪਹਿਲਾਂ ਇੱਕ ਗੁਜਾਰਸ਼ ਆ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਹਿਣ ਹਾਲ ਤੱਕ ਸ ਆ ਤੁਸੀਂ ਦੇਖ ਸਕਦੇ ਹੋ ਜੀ ਆ ਜਿਹੜੀ ਲਿਸਟ ਆਈ ਹੋਈ ਹੈ ਜੀ ਇਹਦੇ ਵਿੱਚ A ਤੋਂ Z ਸਾਰੇ ਲਿਸਟਾਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਿਹੜੇ ਜਿਹੜੀ ਤੁਹਾਡੀ ਕੈਟਾਗਰੀ ਆ ਠੀਕ ਹੈ ਜੀ ਓਪਨ ਮੈਰਿਟ ਦੇ ਵਿੱਚ ਜਿਹੜੇ ਜਿਹੜੇ ਬੱਚੇ ਚਾਹੇ SC ਆ BC ਆ ਜਰਨਲ ਆ ਸਾਰੇ ਓਪਨ ਮੈਰਿਟ ਦੇ ਵਿੱਚ ਪਾਏ ਗਏ ਨੇ ਕੁਝ ਬੱਚੇ ਓਪਨ ਮੈਰਿਟ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਹੈ ਵੀ ਜਿਹੜਾ SC BC ਕਈ ਸਟੂਡੈਂਟ ਜਿਹਦੇ ਵਧੀਆ ਨੰਬਰ ਨੇ ਉਹ ਓਪਨ ਮੈਰਿਟ ਦੇ ਵਿੱਚ ਹੀ ਪਾ ਦਿੱਤੇ ਗਏ ਨੇ ਠੀਕ ਹੈ ਜੀ ਤੇ ਜੇ ਹੁਣ ਤੁਹਾਨੂੰ ਦਿਖਾ ਦਿੰਨਾ ਪਹਿਲਾਂ ਸ਼ੁਰੂ ਦੇ ਵਿੱਚ ਆਪਾਂ ਸ਼ਡਿਊਲ ਆ ਤੁਸੀਂ ਦੇਖ ਸਕਦੇ ਹੋ ਜੀ 30 12 ਨੂੰ ਜਾਰੀ ਕੀਤਾ ਗਿਆ ਜ ਤੇ ਹੁਣ ਇਹਦੇ ਵਿੱਚ ਕੀ ਦੱਸਿਆ ਗਿਆ ਜੀ ਸਭ ਤੋਂ ਪਹਿਲਾਂ ਕੁਝ ਇਨਸਟਰਕਸ਼ਨ ਦਿੱਤੀਆਂ ਗਿਆ ਨੇ ਜੀ ਵੀ ਜ਼ਰੂਰੀ ਨੇ ਜਿਹੜੀਆਂ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੈਰਿਟ ਲਿਸਟ ਆ ਤੁਹਾਨੂੰ ਦੱਸ ਦਿੱਤਾ ਵੀ ਪਾ ਦਿੱਤੀ ਗਈ ਹੈ ਜਿਹੜੇ-ਜਿਹੜੇ ਬੱਚੇ ਨੂੰ ਡਾਕੂਮੈਂਟ ਲਈ ਬੁਲਾਇਆ ਗਿਆ ਠੀਕ ਹੈ ਜੀ ਤੇ ਨੰਬਰ 2 ਤੇ ਇਹਨਾਂ ਨੇ ਮਤਲਬ 3 ਚਤਾਹੀ ਬੱਚੇ ਬੁਲਾਏ ਨੇ ਜੀ ਮਤਲਬ ਇਹਨਾਂ ਨੇ ਰੱਖਣਾ ਹੈ ਮਤਲਬ 3 ਬੱਚਿਆਂ ਚੋਂ ਇੱਕ ਬੱਚਾ ਰੱਖਣਾ ਹੈ ਠੀਕ ਹੈ ਜੀ ਇਹ ਸਿੱਧੇ ਸ਼ਬਦਾਂ ਵਿੱਚ ਕਹੀ ਹੈ ਮਤਲਬ ਬੁਲਾਏ ਤਾਂ ਵੱਧ ਨੇ 3 ਗੁਣਾ ਬੱਚੇ ਬੁਲਾਏ ਨੇ ਪਰ ਹੁਣ ਜੀ 1 ਗੁਣਾ ਰੱਖਣੇ ਨੇ ਠੀਕ ਹੈ ਜੀ ਤੇ ਨੈਕਸਟ ਕੀ ਆ ਗਿਆ ਜੀ ਆਪਣੇ ਕੋਲ ਉਸ ਤੋਂ ਬਾਅਦ ਜਰੂਰੀ ਤੁਹਾਨੂੰ ਮੇਨ ਮੇਨ ਦੱਸ ਦਿੰਦੇ ਆ ਤੇ ਜਿਹੜੇ 33% ਤੋਂ ਉੱਪਰ ਉੱਪਰ ਵਾਲੇ ਨੇ ਉਹਨਾਂ ਦੀ ਵੀ ਲਿਸਟ ਪਾਈ ਗਈ ਹੈ ਵੀ ਜਿਹੜੇ ਜਿਹੜੇ ਪਾਸ ਨੇ ਪਰ ਜਿਹੜੇ ਜਿਹੜੇ ਡਾਕੂਮੈਂਟ ਲਈ ਬੁਲਾਏ ਗਏ ਨੇ ਉਹ ਉਹਨਾਂ ਦੀ ਲਿਸਟ ਉੱਪਰ ਹੈ ਜੀ ਹੁਣ ਕਿੱਥੇ ਜਾਣਾ ਹੈ ਤੁਸੀਂ ਦੇਖ ਸਕਦੇ ਹੋ ਫਰੀਦ ਫਰੀਦਕੋਟ ਜਾਣਾ ਹੈ ਜੀ ਕਿਹੜਾ ਜੀ ਆ ਤੁਸੀਂ ਦੇਖ ਸਕਦੇ ਹੋ ਐਡੀਸ਼ਨ ਆ ਤੁਸੀਂ ਦੇਖ ਸਕਦੇ ਹੋ ਐਡੀਟੋਰੀਅਮ ਜੀਜੀਐਸ ਮੈਡੀਕਲ ਕਾਲਜ ਫਰੀਦਕੋਟ ਹੈ ਜੀ ਫਰੀਦਕੋਟ ਜਾ ਕੇ ਆਉਣਾ ਹੈ ਮਤਲਬ ਕਿੰਨੀ ਡੇਟ ਨੂੰ ਜਾਣਾ ਹੈ ਤੁਸੀਂ ਦਿਖਾ ਦਿੰਦੇ ਆ ਤੁਹਾਨੂੰ ਆ ਤੁਸੀਂ ਦੇਖ ਸਕਦੇ ਹੋ ਮਤਲਬ 2 ਤਰੀਕ ਜਿਹੜੇ ਜਿਹੜੇ ਓਪਨ ਮੈਰਿਟ ਲਿਸਟ ਦੇ ਵਿੱਚ ਆਏ ਹੋਏ ਨੇ ਜੀ ਠੀਕ ਹੈ ਜੀ ਉਹ ਦੋਨਾਂ ਨੇ ਜਾਣਾ ਮਤਲਬ ਇੱਕ 9 ਦੀ ਹੈ ਇੱਕ ਤੋਂ 500 ਤੱਕ ਮੈਰਿਟ ਲਿਸਟ ਨੰਬਰ ਹੈ ਜੀ ਜਿਹੜੇ ਤੇ ਉਸ ਤੋਂ ਬਾਅਦ 1 ਵਜੇ ਜੀ 501 ਤੋਂ 1 1013 ਦੇ ਵਿੱਚ ਵਿੱਚ ਜਿਹੜੇ ਦਾ ਨੰਬਰ ਹੈ ਮਤਲਬ ਓਪਨ ਮੈਰਿਟ ਦੇ ਵਿੱਚ ਜਿਹੜੇ ਬੀਸੀ ਐਸਸੀ ਸਾਰੇ ਆਏ ਹੋਏ ਨੇ ਜੀ ਐਕਸ ਸਰਵਿਸਮੈਨ ਕਈ ਜਿਨ੍ਹਾਂ ਦੇ ਵਧੀਆ ਨੰਬਰ ਨੇ ਠੀਕ ਹੈ ਜੀ ਤੇ ਹੁਣ ਮਤਲਬ ਕੀ ਜੇ ਉਹਨਾਂ ਦਾ ਆਪਦੀ ਕੈਟਾਗਰੀ ਦੇ ਵਿੱਚ ਵੀ ਨੰਬਰ ਹੈ ਸਮਝੋ ਵੀ ਜਿਵੇਂ ਬੀਸੀ ਕੈਟਾਗਰੀ ਦੇ ਵਿੱਚ ਵੀ ਤੁਹਾਡਾ ਨਾਮ ਹੈ ਤੇ ਓਪਨ ਮੈਰਿਟ ਦੇ ਵਿੱਚ ਵੀ ਤੁਹਾਡਾ ਨਾਮ ਹੈ ਤਾਂ ਤੁਸੀਂ BC ਕੈਟਾਗਰੀ ਨੂੰ ਛੱਡ ਕੇ ਓਪਨ ਮੈਰਿਟ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਜੀ ਠੀਕ ਹੈ ਡਾਕੂਮੈਂਟ ਲੈ ਕੇ ਤਾਂ ਤੁਹਾਨੂੰ ਦੁਬਾਰੋਂ BC ਆਪਦੇ ਜਦੋਂ ਤੁਹਾਡੀ ਕਾਸ਼ਟ ਦਾ ਆਊਗਾ ਜੀ ਤੁਸੀਂ ਉਦੋਂ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਸਿਰਫ ਓਪਨ ਮੈਰਿਟ ਦੇ ਵਿੱਚ ਜੇ ਤੁਹਾਡਾ ਨੰਬਰ ਹੈਗਾ ਤਾਂ ਇਹਦੇ ਵਿੱਚ ਜਾਇਓ ਤਾਂ ਦੁਬਾਰੋਂ ਆਪਣੀ ਕੈਟਾਗਰੀ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਠੀਕ ਹੈ ਜੀ ਤਾਂ ਡੇਟ ਵਾਈਜ਼ ਤੁਹਾਨੂੰ ਦਿਖਾਏ ਦਿੱਤੇ ਨੇ ਜਿਹੜੀ ਜਿਹੜੀ ਡੇਟ ਨੂੰ ਜਿਹੜੇ ਜਿਹੜਾ ਨੂੰ ਬੁਲਾਇਆ ਗਿਆ ਆ ਡਿਟੇਲ ਦਿੱਤੀ ਗਈ ਹੈ ਸਾਰੀ ਠੀਕ ਹੈ ਜੀ ਆਹ ਡੇਟ ਨੂੰ ਚਲੇ ਜਾਣਾ ਜੀ ਉੱਥੇ ਤੇ ਹੁਣ ਕੁਝ ਇਨਸਟਰਕਸ਼ਨ ਨੇ ਜੀ ਕੀ ਕਿਹਾ ਹੈਗਾ ਜੀ ਇਨਸਟਰਕਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਆਪਣਾ ਰੋਲ ਨੰਬਰ ਸਲਿੱਪ ਆ ਉਹ ਤਾਂ ਲੈ ਕੇ ਜਾਣੀ ਹੈ ਠੀਕ ਹੈ ਜੀ ਐਕਸਪੀਰੀਅੰਸ ਹੈਗਾ ਤੁਸਾਂ ਐਕਸਪੀਰੀਅੰਸ ਏਜ ਪ੍ਰੂਫ ਵਾਸਤੇ ਆਪਣੇ 10ਵੀਂ ਦਾ ਲੈ ਜਾਓ ਠੀਕ ਹੈ ਜੀ ਪੰਜਾਬੀ ਮੈਟ੍ਰਿਕਿਉਲੇਸ਼ਨ ਵਾਸਤੇ ਵੀ ਤੁਹਾਡਾ 10ਵੀਂ ਦੀ ਚੱਲ ਜਾਊਗਾ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਬਾਕੀ ਜਿਹੜੇ ਜਿਹੜੇ ਆਪਨੇ ਸਟੱਡੀ ਕਰੀ ਆ ਉਹ ਤਾਂ ਲੈ ਕੇ ਜਾਣੇ ਨੇ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾ ਦਿੰਦੇ ਆ ਜੀ ਇੱਕ ਐਕਸਪੀਰੀਅੰਸ ਹੈ ਜਿੰਨਾ ਵੀ ਲਵੇ ਉਹ ਐਕਸਪੀਰੀਅੰਸ ਵਾਸਤੇ ਸਰਟੀਫਿਕੇਟ ਜ਼ਰੂਰ ਨਾਲ ਲੈ ਕੇ ਜਾਣੇ ਨੇ ਜਿਹੜਾ ਜਿਹੜਾ ਐ ਤੇ ਉਸ ਤੋਂ ਬਾਅਦ ਕਾਉਂਸਲਿੰਗ ਜੀ ਫੀਸ ਹੈ ਜੀ ਮੇਨ ਜ਼ਰੂਰੀ ਗੱਲ ਹੈ ਫੀਸ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਵੀ ਜਿਹੜੀ BC ਹੋ ਗਏ ਮਤਲਬ ਕੈਟਾਗਰੀ ਹੋਰ ਨੇ ਕੱਲੀ SC ਦੀ ਤੁਸੀਂ ਦੇਖ ਸਕਦੇ ਹੋ 250 ਰੁਪਏ ਫੀਸ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ 500 ਰੁਪਏ ਬਾਕੀਆਂ ਦੀ ਫੀਸ ਹੈ ਜਿਵੇਂ ਜਰਨਲ ਆ ਗਿਆ BC ਆ ਗਿਆ ਠੀਕ ਹੈ ਜੀ ਕੈਟਾਗਰੀ ਆ ਗਿਆ ਉਹਨਾਂ ਦੀ 500 ਹੈ ਤੇ ਉਸ ਤੋਂ ਬਾਅਦ ਕੈਂਡੀਡੇਟਸ ਮਤਲਬ ਕਿ ਬਾਕੀ ਟਰਮਾਂ ਦੇ ਵਿੱਚ ਮੇਨ ਤੁਹਾਨੂੰ ਦੱਸ ਦਿੰਨੇ ਆ ਜਿਹੜੀਆਂ ਮੇਨ ਜੀਆਂ ਨੇ ਬਾਕੀ ਕੋਈ ਏਡੀ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਇਹਦਾ ਜਿਹੜਾ ਕੋਵਿਡ ਦਾ ਸਰਟੀਫਿਕੇਟ ਆ ਉਹ ਨਾਲ ਲੈ ਜਾਓ ਜਿੰਨਾਂ ਵਿੱਚ ਐ ਠੀਕ ਹੈ ਜੀ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਸੀ ਵੀ ਜਰੂਰ ਨਾਲ ਲੈ ਕੇ ਜਾਓ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਨਹੀਂ ਲਗਵਾਏ ਹਾਲੇ ਤੱਕ ਉਹ ਆਪ ਦਾ ਠੀਕ ਹੈ ਕਰੋਨਾ ਚੈੱਕਅਪ ਕਰਾ ਕੇ ਆਪ ਦਾ ਨਾਲ ਲੈ ਜਿਓ ਬਾਕੀ ਕੋਈ ਹੋਰ ਜਿਆਦੇ ਵੱਡੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਠੀਕ ਹੈ ਜੀ ਤੇ ਹੋਰ ਵੀ ਜੇ ਕੋਈ ਹੋਰ ਗੱਲ ਆਤਾ ਆਈ ਤਾਂ ਤੁਸੀਂ ਨਾਲ ਦੀ ਨਾਲ ਤੁਹਾਨੂੰ ਇਨਫਾਰਮ ਕਰ ਦਾਂਗੇ ਇਹ ਚੀਜ਼ਾਂ ਜਰੂਰ ਆਪਦੇ ਨਾਲ ਲੈ ਕੇ ਜਾਣੇ ਜਿਹੜੇ ਜਿਹੜੇ ਸਰਟੀਫਿਕੇਟ ਤੁਹਾਡੇ ਨਾਲ ਲਗਾਏ ਤੇ ਉਹ ਜਰੂਰ ਨਾਲ ਲੈ ਜਾਓ ਠੀਕ ਹੈ ਜੀ Ориਜినਲ ਕਾਪੀਆਂ ਤੇ ਫੋਟੋ ਕਾਪੀ ਵੀ ਜਰੂਰ ਲੈ ਕੇ ਜਾਓ ਫੋਟੋਆਂ ਵੀ ਲਾਨ ਲੈ ਜਾਓ ਤੇ ਹੋਰ ਬਹੁਤ ਬਹੁਤ ਧੰਨਵਾਦ ਤੇ ਸਬਸਕ੍ਰਾਈਬ ਜਰੂਰ ਕਰ ਲੈ ਆਪਣੇ ਚੈਨਲ ਨੂੰ